ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹੋਏ ਆ ਸੁਖਨਾ ਲੇਕ ਚੰਡੀਗੜ੍ਹ ਜਦੋਂ ਵੀ ਤੁਸੀਂ ਚੰਡੀਗੜ੍ਹ ਆਉਂਦੇ ਹੋ ਸਭ ਨੂੰ ਪਤਾ ਹੀ ਆ ਕਾਫੀ ਫੇਮਸ ਹੈ ਇੱਥੇ ਹੈ ਨਾ ਤੇ ਮੈਂ ਤੁਹਾਨੂੰ ਘੁਮਾਵਾਂਗੀ ਸੁਖਨਾ ਲੇਕ ਜਿਨ੍ਹਾਂ ਨੇ ਦੇਖੀ ਹੈ ਉਹ ਵੀ ਠੀਕ ਹੈ ਤੇ ਜਿਨ੍ਹਾਂ ਨੇ ਨਹੀਂ ਦੇਖੀ ਉਹ ਮੇਰੇ ਬਲੌਗ 'ਚ ਦੇਖ ਲਿਓ ਆ ਜਾਓ ਫਿਰ ਜੀ ਆਪਾਂ ਘੁੰਮੀਏ ਦੇਖੋ ਫਰੈਂਡਸ ਬੋਟਿੰਗ ਹੋ ਰਹੀ ਹੈ ਇੱਧਰ ਆਪਾਂ ਹੈਗੇ ਇਸ ਟਾਈਮ ਸੁਖਨਾ ਲੇਕ 'ਤੇ ਜੇ ਤੁਸੀਂ ਵੀ ਬੋਟਿੰਗ ਕਰਨ ਦੇ ਸ਼ੌਕੀਨ ਹੋ ਤਾਂ ਤੁਸੀਂ ਕਰ ਸਕਦੇ ਹੋ ਉੱਥੇ ਮੈਂ ਫਿਲਹਾਲ ਨਹੀਂ ਕਰਾਂਗੀ ਜੇ ਕਰਾਂਗੀ ਤਾਂ ਤੁਹਾਨੂੰ ਦਿਖਾ ਦਾਂਗੀ ਵੀਡੀਓ 'ਚ ਮੌਸਮ ਪੂਰਾ ਘੈਂਟ ਹੋਇਆ ਹੋਇਆ ਅੱਜ ਲਓ ਜੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਚੰਡੀਗੜ੍ਹ ਲੇਕ ਆਪਾਂ ਆ ਮੈਨੂੰ ਕਿਊਟ ਜਿਹੇ ਬੱਚੇ ਨਾਲ ਮੈਂ ਗੱਲ ਕਰਾਂਗੀ ਇਹਨੂੰ ਪੁੱਛਦੇ ਹਾਂ ਕੀ ਕਰਨ ਆਇਆ ਇੱਥੇ ਹੈਲੋ ਹੈਲੋ ਵਟਸ ਯੂਰ ਨੇਮ ਵੰਸ਼ 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 ਇਹ ਆਪ ਕੀ ਕਰਨ ਆਏ ਹੋ ਵੋਟਿੰਗ ਵੋਟਿੰਗ ਪਹਿਲੇ ਵੀ ਆਏ ਹੋ ਹਾਂ ਹਾਂ ਅੱਛਾ ਕਰ ਲਈ ਵੋਟਿੰਗ ਆਪ ਮੇਰੇ ਕੋ ਜਾਣਦੇ ਹੋ ਹਾਂ ਕੀ ਨਾਮ ਹੈ ਮੇਰਾ ਬਬਲ ਕੌਰ ਬਬਲ ਕੌਰ ਕਿਆ ਬਾਤ ਹੈ ਆਪਣੇ ਫੈਨ ਨੇ ਜੀ ਤੇ ਚਲਿਏ ਫਿਰ ਮੇਰੇ ਸਾਥ ਕਰੋਗੇ ਵੋਟਿੰਗ ਚਲੋ ਵੋਟਿੰਗ ਕਰਦੇ ਹਾਂ ਵੋਟਿੰਗ ਵਾਲੇ ਤਾਂ ਬੰਦ ਹੈ ਵੋਟਿੰਗ ਬੰਦ ਹੈ ਵੀ ਚਲ ਫਿਰ ਇਹਨੇ ਰਾਉਂਡ ਮਾਰ ਲੈਨੇ ਆਪਾਂ ਚਲ ਇਹ ਆ ਗਿਆ ਵੋਟਿੰਗ ਏਰੀਆ ਜਿਹੜੇ ਵੋਟਿੰਗ ਦੇ ਸ਼ਕੀਨ ਨੇ ਇੱਥੇ ਵੋਟਿੰਗ ਕਰ ਸਕਦੇ ਨੇ ਮੈਨੂੰ ਲੱਗਦਾ ਅੱਜ ਸ਼ਾਇਦ ਥੋੜੀ ਜਿਹੀ ਮੁਸ਼ਕਿਲ ਹੈ ਕਿਉਂਕਿ ਬਹੁਤ ਤੇਜ਼ ਹਵਾ ਹੈ ਲਹਿਰਾਂ ਜ਼ਿਆਦਾ ਨੇ ਸ਼ਾਇਦ ਹੀ ਵੋਟਿੰਗ ਹੋ ਸਕੇ ਜੇ ਹੋ ਸਕੀ ਤਾਂ ਜ਼ਰੂਰ ਆਓ ਆਪਾਂ ਦੇਖੀਏ ਫਿਲਹਾਲ ਬੰਦ ਕਰਿਆ ਹੋਇਆ ਹੈ ਨਾ ਬੰਦ ਨੇ ਸਾਰਾ ਚਲੋ ਕੀ ਕਰੀਏ ਦੋਸਤੋ ਬਹੁਤ ਜ਼ਿਆਦਾ ਹਵਾ ਚੱਲ ਰਹੀ ਹੈ ਇਸ ਕਰਕੇ ਬੋਟਿੰਗ ਨਹੀਂ ਹੋ ਰਹੀ ਉਹ ਕਹਿੰਦੇ ਜਦੋਂ ਹਵਾ ਬੰਦ ਹੋਏਗੀ ਤਾਂ ਫਿਰ ਬੋਟਿੰਗ ਹੋ ਸਕਦੀ ਹੈ ਹਾਲੇ ਫਿਲਹਾਲ ਸਾਰਾ ਕੁਛ ਸਟਾਪ ਹੋ ਰੱਖਾ ਆਹ ਦੇਖ ਲਓ ਤੇਜ਼ ਤੂਫਾਨ ਚੱਲ ਰਿਹਾ ਕਾਫੀ ਲਹਿਰਾਂ ਬਹੁਤ ਜ਼ਿਆਦਾ ਸੋ ਰਿਸਕੀ ਹੈ ਬੋਟਿੰਗ ਕਰਨਾ ਹਾਲੇ ਹੋਰ ਕੀ ਕਰੀਏ ਹੁਣ ਚੱਲ ਲਓ ਐਵੇਂ ਕੀ ਰੀਲ ਬਣ ਰਹੀ ਆ ਰੀਲ ਕੀ ਬਣ ਰਹੀ ਆ ਇਹ ਹੈਗਾ ਬੋਟ ਹਾਊਸ ਕੈਫੇ ਰੈਸਟੋਰੈਂਟ ਫਾਸਟ ਫੂਡ ਜੇ ਤੁਸੀਂ ਫਾਸਟ ਫੂਡ ਖਾਣ ਦੇ ਸ਼ੌਕੀਨ ਹੋ ਫਿਰ ਇੱਥੇ ਖਾ ਸਕਦੇ ਹੋ ਮੈਂ ਤਾਂ ਨਹੀਂ ਖੈਰ ਜ਼ਿਆਦਾ ਖਾਂਦੀ ਹੈਗੀ ਲਓ ਜੀ ਹੁਣ ਜੇ ਤੁਹਾਨੂੰ ਭੁੱਖ ਲੱਗੀ ਆ ਤੁਸੀਂ ਇੱਥੇ ਖਾ ਪੀ ਸਕਦੇ ਹੋ ਮੋਮੋਸ ਜੋ ਵੀ ਖਾਣਾ ਖਾ ਸਕਦੇ ਹੋ ਤੇ ਆਈਦਰ ਡਰਿੰਕਿੰਗ ਵਾਟਰ ਜੇ ਤੁਹਾਨੂੰ ਪਿਆਸ ਲੱਗੀ ਆ ਪਾਣੀ ਵੀ ਪੀ ਸਕਦੇ ਹੋ ਵੈਸੇ ਮੈਨੂੰ ਵੀ ਲੱਗੀ ਆ ਮੈਂ ਵੀ ਪੀ ਲਵਾਂ ਮੈਨੂੰ ਲੱਗਦਾ ਤੇ ਆਹ ਹੈਗਾ ਫਾਸਟ ਫੂਡ ਜੇ ਤੁਸੀਂ ਫਾਸਟ ਫੂਡ ਦੇ ਸ਼ੌਕੀਨ ਹੋ ਰੈਸਟੋਰੈਂਟ ਆਰਾਮ ਨਾਲ ਬਹਿ ਕੇ ਖਾਓ ਮੈਂ ਫਿਲਹਾਲ ਪਾਣੀ ਪੀ ਕੇ ਆਈ ਮੈਨੂੰ ਲੱਗੀ ਆ ਜ਼ੋਰਦਾਰ ਪਿਆਸ
नाउ तुसी विजिट कर रहे हो मेरे नाल सुखना लेक। आज बोटिंग बंद है क्योंकि तूफान काफी चल रहा। मैं सोच रही थी बोटिंग करांगे बट हो नहीं पाई। चलो कोई गल नहीं, बाकी घूम लो तुसी। मौसम बहुत ज्यादा मस्त होया होया लेकिन इस मौसम च इतने बोटिंग नहीं हो सकती। ओह माय गॉड, ओहो, वीडियो बनानी भी बहुत डिफिकल्ट हो रही है। हाँ पौड़ियाँ तुरके लो जी। जे तुसी अपना पोर्ट्रेट बनवाने च इंटरस्ट रखते हो तो इतनी पोर्ट्रेट भी बनाए जाते हैं आ लेक ते, तुसी अपना पोर्ट्रेट बनवा सकते हो। ऐसे जे आओ तो पोर्ट्रेट तो बनवा के ही जाओ, यादगारी पोर्ट्रेट। तो लो जी हुण मैं इत्थों जान लगी हाँ। फिलहाल मेरा काम हो चुका क्योंकि बोटिंग तो अज होनी नहीं हैगी, मौसम सही नहीं है। तो हुण आपां फिर चलते हैं जी वापस। थैंक यू। कमेंट राही अपनी राय जरूर लिख के भेजियो किवें लग्या। टेंटना है हुण आपां कुछ खांदे पींदे आ जाके। बाय बाय, मैनूं भुख लग चुकी है।